ਯੂਨੀਫਾਈਡ ਪੈਨਸ਼ਨ ਸਕੀਮ ਕੀ ਹੈ ਅਤੇ ਇਹ ਕਿੰਨੀ ਕੁ ਲਾਹੇਵੰਦ ਹੈ ਮੁਲਾਜ਼ਮਾਂ ਅਤੇ ਪੈਨਸ਼ਨਾਂ ਦੇ ਲਈ? UPS ਅਤੇ OPS ਅਗਰ ਇੱਕ ਹੀ ਹੈ ਤਾਂ ਫਿਰ OPS ਹੀ ਕਿਉਂ ਬਹਾਲ ਨਹੀਂ ਕੀਤੀ? OPS ਦੇ ਕਿਹੜੇ ਪ੍ਰੋਵੀਜ਼ਨ UPS 'ਚ ਨਹੀਂ ਅਤੇ UPS ਦੇ ਕਿਹੜੇ ਪ੍ਰੋਵੀਜ਼ਨ NPS 'ਚ ਨਹੀਂ? ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡੇ ਆਪਣੇ ਚੈਨਲ ਮਾਈਂਡ ਕੋਸ਼ ਦੇ ਵਿੱਚ ਤੁਹਾਡਾ ਸਵਾਗਤ ਹੈ। ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੋਬ ਅਲਰਟ, ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ। ਦੋਸਤੋ, ਅੱਜ ਗੱਲ ਕਰਾਂਗੇ ਕੇਂਦਰ ਸਰਕਾਰ ਦੁਆਰਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਲਈ ਬਣਾਈ UPS ਯਾਨੀ ਕਿ ਯੂਨੀਫਾਈਡ ਪੈਨਸ਼ਨ ਸਕੀਮ ਦੀ। ਯੂਨੀਫਾਈਡ ਪੈਨਸ਼ਨ ਸਕੀਮ 24 ਅਗਸਤ ਨੂੰ ਦੇਸ਼ ਦੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਜੀ ਨੇ ਇਸ ਬਾਰੇ ਪੂਰੀ ਜਾਣਕਾਰੀ ਸਾਂਝੀ ਕੀਤੀ ਸੀ। ਦਰਅਸਲ NPS 'ਚ ਬਹੁਤ ਸਾਰੇ ਬਦਲਾਅ ਕੀਤੇ ਗਏ ਨੇ, ਕਈ ਨਿਯਮ ਬਣਾਏ ਗਏ ਨੇ। 2023 'ਚ ਪ੍ਰਧਾਨ ਮੰਤਰੀ ਜੀ ਨੇ ਇੱਕ ਕਮੇਟੀ ਦਾ ਗਠਨ ਕੀਤਾ ਸੀ ਜਿਸ ਦੀ ਪ੍ਰਧਾਨਗੀ ਯਾਨੀ ਕਿ ਚੇਅਰਮੈਨਸ਼ਿਪ TV ਸੋਮਨਾਥਨ ਜੀ ਕਰ ਰਹੇ ਸਨ। TV ਸੋਮਨਾਥਨ ਦੇਸ਼ ਦੇ ਵਿੱਤ ਸਕੱਤਰ ਨੇ ਅਤੇ ਪਿਛਲੇ ਦਿਨਾਂ 'ਚ ਉਹਨਾਂ ਨੇ ਆਪਣੇ ਬਿਆਨ 'ਚ ਇਹ ਵੀ ਕਿਹਾ ਸੀ ਕਿ ਪੁਰਾਣੀ ਪੈਨਸ਼ਨ ਬਹਾਲ ਕਰਨਾ ਦੇਸ਼ ਦੇ ਹਿੱਤ ਵਿੱਚ ਨਹੀਂ ਹੋਵੇਗਾ। ਇਸ ਕਮੇਟੀ 'ਚ PFRDA ਦੇ ਚੇਅਰਮੈਨ ਵੀ ਸ਼ਾਮਲ ਸਨ ਔਰ ਇਸ ਕਮੇਟੀ ਦੁਆਰਾ ਬਹੁਤ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਲਈ UPS ਤਿਆਰ ਕੀਤੀ ਗਈ ਹੈ। ਅਗਰ ਗੱਲ ਕਰੀਏ ਇਸ ਕਮੇਟੀ ਦੀ ਤਾਂ UPS 'ਚ NPS ਅਤੇ OPS ਨੂੰ ਵੀ ਇਕੱਠਾ ਕਰਕੇ ਇੱਕ ਨਵੀਂ ਸਕੀਮ ਲਿਆਂਦੀ ਗਈ ਜਿਸ ਕਰਕੇ ਇਸਦਾ ਨਾਮ ਯੂਨੀਫਾਈਡ ਰੱਖਿਆ ਗਿਆ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ UPS, NPS ਜਾਂ ਫਿਰ OPS 'ਚੋਂ ਕਿਹੜੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਲਈ ਵੱਧ ਲਾਹੇਵੰਦ ਹੋਵੇਗੀ। UPS ਦੀ ਗੱਲ ਕਰੀਏ ਤਾਂ ਜੇਕਰ ਕੋਈ ਕਰਮਚਾਰੀ NPS 'ਚ ਹੈ ਤਾਂ ਉਹ UPS 'ਚ ਜਾ ਸਕਦਾ ਹੈ ਔਰ ਅਗਰ ਚਾਹੇ ਤਾਂ NPS 'ਚ ਹੀ ਰਹਿ ਸਕਦਾ ਹੈ। ਇਹ UPS ਸਕੀਮ 1 ਅਪ੍ਰੈਲ 2025 ਤੋਂ ਯਾਨੀ ਕਿ ਅਗਲੇ ਸਾਲ ਤੋਂ ਲਾਗੂ ਹੋਵੇਗੀ। UPS ਕਿਹੜੇ ਕਿਹੜੇ ਪ੍ਰਾਵਧਾਨ ਕੀਤੇ ਗਏ ਨੇ ਉਹਨਾਂ ਦੀ ਜੇਕਰ ਗੱਲ ਕਰੀਏ ਤਾਂ ਇਸ ਵਿੱਚ ਰਿਟਾਇਰਮੈਂਟ ਦੀ ਲਾਸਟ ਬੇਸਿਕ ਦਾ 50% ਜਿਵੇਂ ਕਿ OPS 'ਚ ਮਿਲਦਾ ਸੀ ਉਹ ਐਜ ਬੇਸਿਕ ਪੈਨਸ਼ਨ ਮਿਲਦਾ ਸੀ ਉਹ ਐਜ ਬੇਸਿਕ ਪੈਨਸ਼ਨ ਹੋਵੇਗਾ ਅਤੇ ਉਸ ਉੱਪਰ DA ਅਤੇ DRB ਮਿਲੇਗਾ। ਯਾਨੀ ਕਿ ਪੁਰਾਣੀ ਪੈਨਸ਼ਨ ਮੁਤਾਬਕ ਜਿਹੜੇ ਕਰਮਚਾਰੀ ਨੇ ਉਹਨਾਂ ਨੂੰ ਬੇਸਿਕ ਪੈਨਸ਼ਨ ਦੇ ਨਾਲ ਨਾਲ ਜਿਵੇਂ DA ਮਿਲਦਾ ਸੀ। ਦੂਸਰਾ, 25 ਸਾਲ ਦੀ ਕੁਆਲੀਫਾਈਂਗ ਸੇਵਾ ਤੋਂ ਬਾਅਦ ਯਾਨੀ ਕਿ 25 ਸਾਲ ਦੀ ਸੇਵਾ ਪੂਰੀ ਕਰਨ ਤੋਂ ਬਾਅਦ ਹੀ ਜਿਹੜਾ ਕਰਮਚਾਰੀ ਹੈ ਉਹ ਪੂਰੀ ਪੈਨਸ਼ਨ ਲੈਣ ਦਾ ਹੱਕਦਾਰ ਹੋਵੇਗਾ। ਘੱਟੋ ਘੱਟ ਕੁਆਲੀਫਾਈਂਗ ਸਰਵਿਸ ਜਿਹੜੀ ਹੈ ਉਹ 10 ਸਾਲ ਦੀ ਹੋਣੀ ਚਾਹੀਦੀ ਹੈ, ਇਸ ਤੋਂ ਬਾਅਦ ਹੀ ਤੁਸੀਂ ਲਿਜੀਬਲ ਹੋਵੋਗੇ UPS ਦੇ ਵਿੱਚ। ਇਸ ਵਿੱਚ ਵੀ ਖਾਸ ਪ੍ਰੋਵੀਜ਼ਨ ਰੱਖੀ ਗਈ ਹੈ ਕਿ ਜੇਕਰ ਕਿਸੇ ਕਰਮਚਾਰੀ ਦੀ ਬੇਸਿਕ ਪੈਨਸ਼ਨ ਹੈ ਜੋ ਉਹ ਰਿਟਾਇਰਮੈਂਟ ਤੋਂ ਬਾਅਦ 10,000 ਤੋਂ ਘੱਟ ਬਣ ਰਹੀ ਹੈ ਤਾਂ ਉਸਨੂੰ ਮਿਨੀਮਮ 10,000 ਪੈਨਸ਼ਨ ਬੇਸਿਕ ਪੈਨਸ਼ਨ ਦਿੱਤੀ ਜਾਵੇਗੀ। ਇਸ ਉੱਪਰ DA ਦਾ ਵੀ ਪ੍ਰਾਵਧਾਨ ਹੈ। 50% ਬੇਸਿਕ ਪੈਨਸ਼ਨ ਦੀ ਗੱਲ ਕਰੀਏ ਤਾਂ ਰਿਟਾਇਰਮੈਂਟ ਤੋਂ ਬਾਅਦ 12 ਮਹੀਨੇ ਪਿਛਲੇ ਜਿਹੜੇ ਰਹਿਣਗੇ ਉਸਦੀ ਬੇਸਿਕ ਐਵਰੇਜ ਕੱਢੀ ਜਾਵੇਗੀ ਬੇਸਿਕ ਸੈਲਰੀ ਦੀ ਅਤੇ ਉਸ ਉੱਪਰ 50% ਦਾ ਫਾਰਮੂਲਾ ਲਗਾਇਆ ਜਾਵੇ। ਇਸ ਨੂੰ ਲੈ ਕੇ ਮੁਲਾਜ਼ਮਾਂ ਨੂੰ ਕਿਸੇ ਤਰ੍ਹਾਂ ਦਾ ਇਤਰਾਜ਼ ਨਹੀਂ ਹੋਵੇਗਾ ਕਿਉਂਕਿ ਓਲਡ ਪੈਨਸ਼ਨ ਦੇ ਵਿੱਚ ਵੀ ਬੇਸਿਕ ਪੈਨਸ਼ਨ ਦਿੱਤੀ ਜਾਂਦੀ ਹੈ ਅਤੇ 50% ਬੇਸਿਕ ਸੈਲਰੀ ਦਾ ਅਤੇ DA ਵੀ ਦਿੱਤਾ ਜਾਂਦਾ ਹੈ। ਇਸ ਦੇ ਨਾਲ 10 ਸਾਲ ਦੀ ਸੇਵਾ ਹੋਣੀ ਜ਼ਰੂਰੀ ਹੈ। ਇਸ ਵਿੱਚ ਇਹ ਵੀ ਪ੍ਰਾਵਧਾਨ ਹੈ ਕਿ ਓਲਡ ਪੈਨਸ਼ਨ ਦੇ ਵਿੱਚ ਜਿਸ ਤਰ੍ਹਾਂ ਫੈਮਿਲੀ ਪੈਨਸ਼ਨ ਦਿੱਤੀ ਜਾਂਦੀ ਸੀ ਉਸ ਤਰ੍ਹਾਂ ਹੀ UPS ਦੇ ਵਿੱਚ ਫੈਮਿਲੀ ਪੈਨਸ਼ਨ ਪਰਿਵਾਰ ਨੂੰ ਦਿੱਤੀ ਜਾਵੇਗੀ। ਕਿਸੇ ਵੀ ਕਰਮਚਾਰੀ ਦੀ ਡੈਥ ਤੋਂ ਬਾਅਦ ਉਹ ਵੀ ਪਹਿਲਾਂ ਦੀ ਤਰ੍ਹਾਂ 60% ਹੀ ਰਹੇਗੀ। ਦੋਸਤੋ, NPS ਦੇ ਵਿੱਚ ਜੋ ਨਿਯਮ ਬਣਾਏ ਗਏ ਸੀ ਕਿ ਰਿਟਾਇਰਮੈਂਟ ਤੇ ਟੋਟਲ ਜਿਹੜਾ ਅਮਾਊਂਟ ਹੈ ਜਿਹੜਾ ਜਮ੍ਹਾਂ ਹੋਵੇਗਾ PFRDA ਦੇ ਕੋਲ ਉਸਦਾ 60% ਹਿੱਸਾ ਮੁਲਾਜ਼ਮਾਂ ਨੂੰ ਦਿੱਤਾ ਜਾਵੇਗਾ ਅਤੇ 40% ਹਿੱਸਾ ਜਿਹੜਾ ਉਹ ਪੈਨਸ਼ਨ ਮਿਲੇਗੀ। UPS ਦੀ ਗੱਲ ਕਰੀਏ ਤਾਂ ਫਿਲਹਾਲ ਜੋ ਐਲਾਨ ਕੀਤਾ ਗਿਆ ਹੈ ਉਸ ਵਿੱਚ ਲਿਖਿਆ ਗਿਆ ਹੈ ਕਿ ਗ੍ਰੈਜੂਟੀ ਦੇ ਨਾਲ ਨਾਲ ਲਮਸਮ ਅਮਾਊਂਟ ਮਿਲੇਗਾ ਹਰ 6 ਮਹੀਨੇ ਦੀ ਸਰਵਿਸ ਪੂਰੀ ਕਰਨ ਤੋਂ
ਬਾਅਦ ਬੇਸਿਕ ਪੇ ਡੀਏ ਦਾ 10%, ਯਾਨੀ ਕਿ ਇਹ ਕਿਹਾ ਜਾ ਸਕਦਾ ਹੈ ਕਿ 5 ਸਾਲ ਦੀ ਸੇਵਾ ਪੂਰੀ ਕਰਨ ਤੋਂ ਬਾਅਦ 1 ਮਹੀਨੇ ਦੀ ਜਿਹੜੀ ਹੈ ਤਨਖਾਹ ਦਿੱਤੀ ਜਾਵੇਗੀ ਬੇਸਿਕ ਅਤੇ ਡੀਏ। ਜਿਸ ਤਰ੍ਹਾਂ ਕਿ ਕੈਬਨਿਟ ਮੰਤਰੀ ਨੇ ਦੱਸਿਆ ਕਿ 30 ਸਾਲ ਦੀ ਸੇਵਾ ਤੋਂ ਬਾਅਦ ਤੁਹਾਨੂੰ 6 ਮਹੀਨੇ ਦੀ ਤੁਹਾਨੂੰ ਸੈਲਰੀ ਜਿਹੜੀ ਹੈ ਉਹ ਦਿੱਤੀ ਜਾਵੇਗੀ ਸੇਵਾ ਮੁਕਤ ਤੋਂ ਬਾਅਦ ਲਮਸਮ। ਪਰ NPS ਦੀ ਤਰ੍ਹਾਂ ਜਿਹੜਾ ਮੁਲਾਜ਼ਮਾਂ ਦਾ ਸ਼ੇਅਰ ਹੈ, ਸਰਕਾਰ ਦਾ ਸ਼ੇਅਰ ਹੈ ਜਿਹੜਾ ਕਾਰਪਸ ਜਮ੍ਹਾਂ ਹੋਵੇਗਾ, ਕਿ ਉਸਦਾ 60% ਹਿੱਸਾ ਪਹਿਲਾਂ ਦੀ ਤਰ੍ਹਾਂ ਮੁਲਾਜ਼ਮਾਂ ਨੂੰ ਮਿਲੇਗਾ ਜਾਂ ਨਹੀਂ, ਤਾਂ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਪਰ ਇਹ ਜ਼ਰੂਰ ਕਲੀਅਰ ਕੀਤਾ ਗਿਆ ਹੈ ਕਿ ਜਿਹੜਾ ਸਰਕਾਰ ਦਾ 14% ਹਿੱਸਾ ਸਰਕਾਰ ਜਮ੍ਹਾਂ ਕਰਵਾਉਂਦੀ ਸੀ PFRDA ਦੇ ਕੋਲ ਜਾਂ ਫਿਰ ਸਾਡੀ NPS ਫੰਡ ਦੇ ਵਿੱਚ, ਤਾਂ ਉਸ ਨੂੰ ਵਧਾ ਕੇ 18.5% ਕਰ ਦਿੱਤਾ ਗਿਆ ਹੈ। ਯਾਨੀ ਕਿ 10% ਦੀ ਕਟੌਤੀ ਪਹਿਲਾਂ ਦੀ ਤਰ੍ਹਾਂ ਹੁੰਦੀ ਰਹੇਗੀ ਅਤੇ 18% ਹਿੱਸਾ ਹੋਣਾ ਸਰਕਾਰ ਦੇਵੇ। ਪਰ ਹੁਣ ਵੱਡਾ ਸਵਾਲ ਇਹ ਹੈ ਕਿ ਕਿਹੜਾ ਫੰਡ ਹੋਵੇਗਾ, ਯਾਨੀ ਕਿ 10% ਹਿੱਸਾ ਜਿਹੜਾ ਮੁਲਾਜ਼ਮਾਂ ਦਾ ਜਮ੍ਹਾਂ ਹੋ ਰਿਹਾ ਹੈ ਉਸ ਨੂੰ ਵਾਪਸ ਕੀਤਾ ਜਾਵੇਗਾ ਜਾਂ ਫਿਰ ਨਹੀਂ ਕੀਤਾ ਜਾਵੇਗਾ, ਜਿਵੇਂ ਕਿ GPF 'ਚ ਕੀਤਾ ਜਾਂਦਾ ਹੈ। ਇਸ ਨੂੰ ਲੈ ਕੇ ਵੀ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ ਜਿਸਦਾ ਜਵਾਬ ਹਾਲੇ ਪ੍ਰਾਪਤ ਨਹੀਂ ਹੋਇਆ। ਇਹ ਵੀ ਜਾਣਕਾਰੀ ਕਾਨਫਰੰਸ ਦੇ ਵਿੱਚ ਦਿੱਤੀ ਗਈ ਕਿ UPS ਦੇ ਵਿੱਚ ਕਰਮਚਾਰੀ ਰਿਟਾਇਰ ਹੋਣਗੇ, ਉਹਨਾਂ ਨੂੰ ਮੈਡੀਕਲ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ ਜਿਵੇਂ ਕਿ ਪਹਿਲਾਂ OPS ਦੇ ਵਿੱਚ ਦਿੱਤੀਆਂ ਜਾਂਦੀਆਂ ਸੀ। ਇਸ ਤੋਂ ਇਲਾਵਾ ਇੱਕ ਵੱਡੀ ਜਾਣਕਾਰੀ ਇਹ ਵੀ ਦਿੱਤੀ ਗਈ ਕਿ 1-1-2004 ਤੋਂ ਲੈ ਕੇ 4 ਤੋਂ ਲੈ ਕੇ ਜਿੰਨੇ ਵੀ ਕਰਮਚਾਰੀ NPS 'ਚ ਰਿਟਾਇਰ ਹੋਏ ਨੇ ਉਹਨਾਂ ਕੋਲ ਵੀ ਇਹ ਆਪਸ਼ਨ ਹੋਵੇਗਾ ਕਿ ਉਹ ਚਾਹੁਣ ਤਾਂ UPS 'ਚ ਆ ਸਕਣਗੇ। ਪਰ ਇਸ ਨੂੰ ਲੈ ਕੇ ਕਿਹਾ ਗਿਆ ਹੈ ਕਿ ਜੋ ਫੰਡ ਉਹ ਲੈ ਚੁੱਕੇ ਨੇ NPS ਦਾ ਉਸ ਨੂੰ ਐਡਜਸਟਮੈਂਟ ਕੀਤਾ ਜਾਵੇਗਾ। ਡਿਟੇਲ 'ਚ ਜਾਣਕਾਰੀ ਉਹਨਾਂ ਨੇ ਨਹੀਂ ਦਿੱਤੀ ਕਿ ਕਿਸ ਤਰ੍ਹਾਂ ਇਸ ਦੀ ਐਡਜਸਟਮੈਂਟ ਹੋਵੇਗੀ, ਪਰ ਸ਼ਾਇਦ ਕਰਮਚਾਰੀ ਨੂੰ ਉਸਦਾ ਬਣਦਾ ਫੰਡ ਵਾਪਸ ਦਿੱਤਾ ਜਾਵੇਗਾ ਅਤੇ 10% ਜਿਹੜਾ ਸਰਕਾਰ ਦਾ ਹਿੱਸਾ ਹੋਵੇਗਾ ਉਹ ਚਾਹੇ 10% ਜਾਂ 14% ਜਾਂ ਫਿਰ ਆਉਣ ਵਾਲੇ ਸਮੇਂ 'ਚ 18% ਹੋਵੇਗਾ ਉਹ ਸਰਕਾਰ ਹੀ ਰੱਖੇਗੀ ਔਰ ਉਸੇ ਫੰਡ ਦੇ ਵਿੱਚੋਂ ਹੀ ਸਾਰੀਆਂ ਦੇਣਦਾਰੀਆਂ ਦਿੱਤੀਆਂ ਜਾਣਗੀਆਂ। ਇਸਦੇ ਨਾਲ ਇੱਕ ਹੋਰ ਵੀ ਜਾਣਕਾਰੀ ਦਿੱਤੀ ਗਈ ਕਿ OPS ਦੇ ਵਿੱਚ ਜੇਕਰ ਕੋਈ ਵਲੰਟੀ ਰਿਟਾਇਰਮੈਂਟ ਆ ਰਿਹਾ ਸੀ 25 ਸਾਲ ਦੀ ਸੇਵਾ ਤੋਂ ਬਾਅਦ ਤਾਂ ਉਸਦੀ ਪੈਨਸ਼ਨ ਤੁਰੰਤ ਸ਼ੁਰੂ ਹੋ ਜਾਂਦੀ। UPS ਦੇ ਵਿੱਚ ਇਸ ਤਰ੍ਹਾਂ ਨਹੀਂ ਹੋਵੇਗਾ। ਜੇਕਰ ਤੁਸੀਂ 25 ਸਾਲ ਦੀ ਸੇਵਾ ਪੂਰੀ ਕਰਨ ਤੋਂ ਬਾਅਦ ਵਲੰਟਰਲੀ ਰਿਟਾਇਰਮੈਂਟ ਲੈਂਦੇ ਹੋ, ਤਾਂ ਯਾਨੀ ਕਿ ਤੁਸੀਂ 58 ਜਾਂ 60 ਸਾਲ ਦੀ ਉਮਰ ਪੂਰੀ ਹੋਣ ਤੋਂ ਪਹਿਲਾਂ ਹੀ ਰਿਟਾਇਰਮੈਂਟ ਲੈਂਦੇ ਹੋ, ਤਾਂ ਤੁਹਾਡੀ ਪੈਨਸ਼ਨ ਜਿਹੜੀ ਹੈ ਉਹ 58 ਜਾਂ 60 ਸਾਲ ਦੀ ਕੁੱਲ ਸੇਵਾ ਪੂਰੀ ਕਰਨ ਤੋਂ ਬਾਅਦ ਹੀ, ਯਾਨੀ ਕਿ 52 ਸਾਲ ਦੀ ਉਮਰ ਤੇ ਵਲੰਟਰੀ ਰਿਟਾਇਰਮੈਂਟ ਲੈ ਰਿਹਾ ਹੈ ਕੋਈ, ਤਾਂ 52 ਸਾਲ ਦੀ ਉਮਰ ਤੋਂ ਬਾਅਦ ਉਸਦੀ ਪੈਨਸ਼ਨ ਜਿਹੜੀ ਸ਼ੁਰੂ ਨਹੀਂ ਹੋਵੇਗੀ, ਬਲਕਿ ਉਸਦੀ ਪੈਨਸ਼ਨ 58 ਸਾਲ ਤੋਂ ਬਾਅਦ ਸ਼ੁਰੂ ਹੋਵੇ। ਸੋ ਇਹ ਕੁਝ ਪ੍ਰੋਵੀਜ਼ਨ ਸੀ ਯੂਨੀਫਾਈਡ ਪੈਨਸ਼ਨ ਸਕੀਮ ਦੀਆਂ, ਜਿਸਦੇ ਵਿੱਚ UPS ਦੀ ਗੱਲ ਕਰੀਏ ਤਾਂ ਇਸਦੇ ਵਿੱਚ ਕੁਝ ਪ੍ਰੋਵੀਜ਼ਨ OPS ਅਤੇ NPS ਦੀਆਂ ਜਿਹੜੀਆਂ ਉਹ ਸ਼ਾਮਿਲ ਕੀਤੀਆਂ ਗਈਆਂ ਨੇ। ਫਿਲਹਾਲ ਮੁਲਾਜ਼ਮ ਜਥੇਬੰਦੀਆਂ ਵੱਲੋਂ ਇਸਦਾ ਸਵਾਗਤ ਨਹੀਂ ਕੀਤਾ ਗਿਆ, ਹਾਲਾਂਕਿ ਬਹੁਤ ਸਾਰੀਆਂ ਕਮੀਆਂ ਇਸਦੇ ਵਿੱਚ ਗਿਣਾਈਆਂ ਜਾ ਰਹੀਆਂ ਨੇ। ਦੇਖਣਾ ਹੋਵੇਗਾ ਕਿ ਖੇਤਰੀ ਲੈਵਲ ਤੇ ਸਟੇਟ ਲੈਵਲ ਤੇ ਇਸ ਸਕੀਮ ਨੂੰ ਕਿਸ ਤਰ੍ਹਾਂ ਲਾਗੂ ਕੀਤਾ ਜਾਂਦਾ ਹੈ, ਲੇਕਿਨ ਜ਼ਿਆਦਾਤਰ ਮੁਲਾਜ਼ਮ ਜਥੇਬੰਦੀਆਂ OPS ਦੀ ਹੀ ਮੰਗ ਕਰ ਰਹੀਆਂ ਨੇ। ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ, ਵੀਡੀਓ 'ਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਤਾਂ ਥੈਂਕ ਯੂ।